Falei, Mike. ਹਾਂਜੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਚਾਨਕ ਅਸੀਂ ਦਬੁਰਜੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਘਰ ਨੂੰ ਆ ਰਹੇ ਸੀਗੇ, ਦਾਸ ਨਾਲ ਹਰਪ੍ਰੀਤ ਸਿੰਘ ਵੀਰ ਸੇਵਾਦਾਰ ਜ਼ਿਲ੍ਹਾ ਜ਼ਿਲ੍ਹਾ ਖਾਲਸਾ। ਅਤੇ ਅਸੀਂ ਇਹ ਬੜੀ ਹੈਰਾਨਗੀ ਹੋਈ ਸਾਨੂੰ ਕਿ ਅਸੀਂ ਬੋਰਡ ਲੱਗੇ ਦੇਖੇ ਨੇ, ਇਹ ਨਵੇਂ ਬੋਰਡ ਲੱਗੇ ਨੇ ਜਿਹਦੇ ਵਿੱਚ ਸਾਈਨਿੰਗ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਦਾ ਸਾਈਨਿੰਗ ਆ। ਅਤੇ ਨਾਲ ਜਿਹੜੀ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਆ ਵੀ ਉਹ ਲਿਖਿਆ ਸੁਨਹਿਰੀ ਮੰਦਿਰ, ਸਵਰਨ ਮੰਦਿਰ ਅਤੇ ਗੋਲਡਨ ਟੈਂਪਲ, ਯਾਨੀ ਕਿ ਸ਼੍ਰੀ ਦਰਬਾਰ ਸਾਹਿਬ ਬਾਰੇ ਲਿਖਿਆ ਗਿਆ ਵਾ। ਦੋ ਚੀਜ਼ਾਂ ਨੇ ਖਾਲਸਾ ਜੀ, ਜਾਂ ਤਾਂ ਲਿਖਣ ਵਾਲਿਆਂ ਦੀ ਪੰਜਾਬੀ ਕਮਜ਼ੋਰ ਆ, ਅਤੇ ਮੈਨੂੰ ਲੱਗਦਾ ਵੀ ਉਹ ਹੋ ਨਹੀਂ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਹਾਂ। ਅਤੇ ਜਿਹੜੇ ਵੀ ਕੰਪਨੀ ਦੇ ਕੋਲ ਠੇਕਾ ਹੋਊਗਾ, ਨੋਰਮਲ ਜੀ ਗੱਲ ਆ ਵੀ ਉਹਨਾਂ ਨੂੰ ਪੰਜਾਬੀ ਆਉਂਦੀ ਹੋਊਗੀ। ਮੈਨੂੰ ਲੱਗਦਾ ਵੀ ਬੜੀ ਸਾਜਿਸ਼ ਦੇ ਤਹਿਤ, ਉਹ ਸਾਜਿਸ਼ ਤਹਿਤ ਜਿਵੇਂ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਪੋਸਟਾਂ ਵੀ ਪੈਂਦੀਆਂ ਨੇ ਵੀ ਅਸੀਂ ਬਾਬਰੀ ਮਸਜਿਦ ਜਿਹੜੀ ਆ ਉਹ ਆਜ਼ਾਦ ਕਰਵਾ ਲਈ ਆ, ਅਤੇ ਹੁਣ ਅਸੀਂ ਵਿਸ਼ਨੂੰ ਮੰਦਰ ਆਜ਼ਾਦ ਕਰਵਾਉਣਾ। ਉਸ ਸਾਜਿਸ਼ ਦੇ ਤਹਿਤ ਇਹ ਲੋਕਾਂ ਵੱਲੋਂ ਇਹ ਬੋਰਡ ਲਾਏ ਗਏ ਨੇ ਜਿੱਥੇ ਸੁਨਹਿਰੀ ਮੰਦਿਰ ਲਿਖਿਆ ਗਿਆ। ਵੇਖੋ, ਧਰਮ ਸਾਰਿਆਂ ਨੂੰ ਮੁਬਾਰਕ, ਆਪੋ ਆਪਣਾ ਧਰਮ ਹਰੇਕ ਨੂੰ ਮੁਬਾਰਕ, ਮੰਦਿਰ ਮੰਦਿਰ ਵਾਲੇ ਨੂੰ ਮੁਬਾਰਕ, ਅਤੇ ਮਸਜਿਦ ਮਸਜਿਦ ਵਾਲੇ ਨੂੰ ਮੁਬਾਰਕ, ਗਿਰਜੇ ਗਿਰਜੇ ਵਾਲੇ ਨੂੰ ਮੁਬਾਰਕ। ਪਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਜੋ ਸਿੱਖਾਂ ਦਾ ਉਹ ਇਤਿਹਾਸਕ ਸਥਾਨ ਆ ਜਿੱਥੇ ਸਿਰ ਲੱਗੇ ਨੇ, ਹਰ ਪੱਥਰ ਦੀ ਸਿਰ ਥੱਲੇ ਸਿਰ ਲੱਗੇ ਨੇ, ਅਤੇ ਬਹੁਤ ਕੁਰਬਾਨੀਆਂ ਦੇ ਨਾਲ ਉਸਾਰਿਆ ਗਿਆ ਤਖ਼ਤ, ਅਤੇ ਬਹੁਤ ਕੁਰਬਾਨੀ ਨਾਲ ਉਸਾਰਿਆ ਗਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਇਸ ਕਰਕੇ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਵੀ ਇਹੋ ਜਿਹੀ ਕੁਝ ਹੀ ਸਾਜਿਸ਼ ਕੀਤੀ ਜਾਵੇ ਅਤੇ ਇਹਦੇ 'ਚ ਕੋਈ ਕਾਮਯਾਬ ਹੋਣ ਦੀ ਕੋਸ਼ਿਸ਼ ਵੀ ਕਰੇ, ਸੋਚਣਾ ਬਹੁਤ ਦੂਰ ਦੀ ਗੱਲ ਆ। ਸੋ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸਾਜਿਸ਼ ਤਹਿਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਮੰਦਿਰ ਬਣਾਉਣ ਦੇ ਲਈ, ਮੈਂ ਵਾਰ ਵਾਰ ਇਹ ਚੀਜ਼ ਵਰਡਿੰਗ ਯੂਜ਼ ਕਰ ਰਿਹਾ ਵੀ ਮੰਦਿਰ ਸਾਬਤ ਕਰਨ ਦੇ ਲਈ ਗੋਲਡਨ ਟੈਂਪਲ ਨਾਮ ਰੱਖਣਾ, ਇਹ ਵੀ ਇੱਕ ਸਾਜਿਸ਼ ਸੀ ਵੀ ਉਹਨੂੰ ਮਸ਼ਹੂਰ ਇਸ ਤਰ੍ਹਾਂ ਕੀਤਾ ਜਾਵੇ ਕਿ ਸੱਚਖੰਡ ਦਰਬਾਰ ਸਾਹਿਬ ਕੋਈ ਨਾ ਕਵੇ, ਉਹਨੂੰ ਗੋਲਡਨ ਟੈਂਪਲ ਕਿਹਾ ਜਾਵੇ। ਸੋ ਉਹ ਸਾਜਿਸ਼ ਤਹਿਤ ਇਹ ਸਿਰਫ ਇੱਥੇ ਨਹੀਂ ਲੱਗੇ, ਹੁਣ ਮੈਂ ਪਤਾ ਕੀਤਾ ਅਸੀਂ ਸਿੰਘਾਂ ਨੇ ਸਾਰਿਆਂ ਨੇ ਵੀ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਮਜੀਠਾ ਰੋਡ 'ਤੇ ਵੀ ਸਾਨੂੰ ਪਤਾ ਲੱਗਾ, ਲਗਭਗ ਜਿੱਥੇ ਵੀ ਸਾਈਨਿੰਗ ਬੋਰਡ ਲੱਗ ਸਕਦੇ ਨੇ ਲੱਗੇ ਨੇ, ਅਤੇ ਉੱਥੇ ਸੁਨਹਿਰੀ ਮੰਦਿਰ ਲਿਖਿਆ ਗਿਆ। ਅਤੇ ਹੁਣ ਫੈਸਲਾ ਸੰਗਤ ਨੇ ਕਰਨਾ ਵੀ ਸੰਗਤ ਇਸੇ ਤਰ੍ਹਾਂ ਸੁੱਤੀ ਆ, ਸੁੱਤੀ ਰਹੂਗੀ ਅਤੇ ਇਹ ਸਾਜਿਸ਼ਾਂ ਇੱਦਾਂ ਹੁੰਦੀਆਂ ਰਹਿਣਗੀਆਂ, ਕਿ ਜਾਂ ਫਿਰ ਅਸੀਂ ਇਹਨਾਂ ਬੋਲਿਆਂ ਕੰਨਾਂ ਤੱਕ ਸਰਕਾਰਾਂ ਨੂੰ ਆਵਾਜ਼ ਪਹੁੰਚਾਈਏ ਵੀ ਇਹ ਜਿਹੜੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇ ਸਰਕਾਰਾਂ ਦੀ ਨਿਗਾਹ 'ਚ ਨਹੀਂ ਹੈਗੀਆਂ, ਫਿਰ ਜਿਹੜੇ ਕਰ ਰਹੇ ਨੇ ਉਹ ਕੌਣ ਨੇ, ਉਹਨਾਂ ਨੂੰ ਆਈਡੈਂਟੀਫਾਈਡ ਕੀਤਾ ਜਾਵੇ, ਆਈਡੈਂਟੀਫਾਈਡ ਕਰਕੇ ਅਤੇ ਸਾਹਮਣੇ ਲਿਆਂਦਾ ਜਾਵੇ ਵੀ ਇਹ ਕਿਹੜੀ ਸਾਜਿਸ਼ ਤਹਿਤ ਇਹ ਕੀਤਾ ਜਾ ਰਿਹਾ ਇਹ ਮਸਲਾ। ਇਹਨੂੰ ਛੋਟਾ ਨਾ ਸਮਝ ਲਿਓ, ਬਹੁਤ ਵੱਡਾ ਮਸਲਾ ਜੇ, ਅਤੇ ਜਾਗਰੂਕ ਹੋ ਜਾਓ। ਇਹ ਨਸਲਕੁਸ਼ੀ ਜਿਹੜੀ ਤੁਹਾਡੀ ਸਿਧਾਂਤਕ ਤੌਰ 'ਤੇ ਕੀਤੀ ਜਾ ਰਹੀ ਹੈ ਨਾ, ਮਾਨਸਿਕ ਤੌਰ ਦੇ ਉੱਤੇ ਤੁਹਾਨੂੰ ਇਹ ਤੁਹਾਡੇ ਮਨਾਂ 'ਚ ਪਾਇਆ ਜਾ ਰਿਹਾ, ਇਹ ਸਮਝਣ ਦੀ ਲੋੜ ਆ। ਸੋ ਤੁਸੀਂ ਦੇਖੋ ਸਵਰਨ ਮੰਦਿਰ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਹੜਾ ਵਾ ਉਹਨੂੰ ਸੁਨਹਿਰੀ ਮੰਦਿਰ ਦੇ ਨਾਂ ਦੇ ਉੱਤੇ ਅਨਾਊਂਸ ਕੀਤਾ ਜਾ ਰਿਹਾ, ਸੰਗਤ ਨੂੰ ਦਿਖਾਇਆ ਜਾ ਰਿਹਾ। ਸੋ ਸਾਡਾ ਫਰਜ਼ ਬਣਦਾ ਸੀ, ਅਸੀਂ ਦੇਖਿਆ ਗੁਰੂ ਪਾਤਸ਼ਾਹ ਕਿਰਪਾ ਕਰਨ ਅਤੇ ਆਪਾਂ ਜਾਗਰੂਕ ਹੋਈਏ, ਜਾਗਰੂਕ ਹੋ ਕੇ ਅਤੇ ਜਿਹੜਾ ਵੀ ਮਾਰ ਹੈ ਕਾਰਜ ਬਖਸ਼ ਦਿਓ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।